ਪਰ ਦੇਖੋ ਨਾ, ਸੱਚ ਤੇ ਇਹ ਆ ਕਿ ਰੱਬ ਹੈ। ਜੇਕਰ ਜਾਦੂ ਟੋਣੇ ਕੰਮ ਕਰਦੇ ਆ ਤਾਂ ਫਿਰ ਇੱਥੋਂ ਵੀ ਪਤਾ ਲੱਗਦਾ ਕਿ ਪਰਮੇਸ਼ਵਰ ਵੀ ਹੈ। ਅਗਰ ਨੈਗੇਟਿਵ ਐਨਰਜੀ ਹੈ ਤਾਂ ਪੋਜ਼ਿਟਿਵ ਐਨਰਜੀ ਵੀ ਹੈ। ਸੱਚ ਜਾਂ ਝੂਠ ਹੈ ਤਾਂ ਸਾਰਾ ਕੁਝ ਹੈ। ਐਗਜ਼ਿਸਟ ਕਰਦਾ ਹੈ ਪਰਮੇਸ਼ਵਰ। ਅਗਰ ਕਿਸੇ ਨੂੰ ਭੂਤ ਨਜ਼ਰ ਆਉਂਦੇ ਆ ਤਾਂ ਇਹਦਾ ਮਤਲਬ ਪਰਮੇਸ਼ਵਰ ਵੀ ਹੈਗਾ ਹੈ। ਜੇ ਸਾਰਿਆਂ ਨੂੰ ਭੂਤ ਨਜ਼ਰ ਨਹੀਂ ਆਉਂਦੇ ਤਾਂ ਜ਼ਰੂਰੀ ਥੋੜ੍ਹੀ ਸਾਰਿਆਂ ਨੂੰ ਪਰਮੇਸ਼ਵਰ ਨੇ ਨਜ਼ਰ ਆਉਣਾ ਹੈ। ਸੋ ਬਾਣੀ ਸਾਨੂੰ ਇੱਥੇ ਕੀ ਦੱਸ ਰਹੀ ਆ? ਕਈ ਵਾਰੀ ਅਸੀਂ ਉਹ ਗੱਲਾਂ ਜਿਹੜੀਆਂ ਸਾਨੂੰ ਕਿਸੇ ਨੇ ਕਹੀਆਂ ਹੁੰਦੀਆਂ, ਅਸੀਂ ਉਹਨਾਂ ਉੱਤੇ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਉਹਨਾਂ ਚੀਜ਼ਾਂ ਨੂੰ ਜ਼ਿਆਦਾ ਸੁਣਨਾ, ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਾਂ। ਔਰ ਅਸੀਂ ਜਿਹੜੇ ਸਾਡੇ ਟੀਚਰਸ ਆ, ਸਾਡੀਆਂ ਟੀਚਿੰਗਸ ਆ ਜੋ ਸਾਨੂੰ ਦਿੱਤੀਆਂ ਗਈਆਂ ਆ, ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ, ਆਪਣੇ ਪਰਮੇਸ਼ਵਰ ਦੇ ਕਲਾਮ ਨੂੰ, ਉਹਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਔਰ ਅਸੀਂ ਆਪਣੀ ਮਨ ਮਰਜ਼ੀ ਦੇ ਅਨੁਸਾਰ ਕਰਦੇ ਹਾਂ, ਅਸੀਂ ਆਪਣੀਆਂ ਗਿਆਨ ਇੰਦਰੀਆਂ ਦੇ ਹਿਸਾਬ ਨਾਲ ਕਰਦੇ ਹਾਂ। ਅੱਖਾਂ ਦੇਖ ਕੇ ਜਿਹੜੀਆਂ ਉਹ ਚੀਜ਼ ਨੂੰ ਖੁਸ਼ ਹੋ ਰਹੀਆਂ, ਅਤੇ ਹਰ ਚਮਕਣ ਵਾਲੀ ਚੀਜ਼ ਤਾਂ ਪਿਆਰਿਓ ਸੋਨਾ ਨਹੀਂ ਹੁੰਦੀ। ਇਹ ਥੋੜ੍ਹੀ ਕਿ ਅੱਖਾਂ ਨੂੰ ਉਹ ਚੀਜ਼ ਚਮਕਦੀ ਨਜ਼ਰ ਆ ਰਹੀ ਹੈ ਅਤੇ ਉਹ ਸੋਨਾ ਹੀ ਆ। ਵਚਨ 'ਚ ਲਿਖਿਆ, ਆਪਣੀ ਹੀ ਸਮਝ 'ਤੇ ਇਤਬਾਰ ਨਾ ਕਰ, ਸਿਰਫ ਆਪਣੀ ਹੀ ਸਮਝ 'ਤੇ ਭਰੋਸਾ ਨਾ ਰੱਖ। ਉਹਦਾ ਅਰਥ ਹੈ ਕੋਈ ਕਿ ਅਸੀਂ ਸਿਰਫ ਆਪਣੇ ਹੀ ਸੋਚਾਂ ਵਿਚਾਰਾਂ ਨਾਲ ਨਹੀਂ ਚੱਲਣਾ, ਪਰ ਅਸੀਂ ਪਰਮੇਸ਼ਵਰ ਦਾ ਭੈ ਰੱਖਣਾ, ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਅੱਗੇ ਰੱਖਣਾ, ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਅੱਗੇ ਰੱਖਣਾ, ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਅੱਗੇ ਰੱਖਣਾ ਕਿ ਪ੍ਰਭੂ ਜੀ ਤੁਹਾਡੀ ਇੱਛਾ ਕੀ ਆ। ਅਸੀਂ ਪ੍ਰੈਜ਼ੈਂਟ ਦੇਖ ਸਕਦੇ, ਪ੍ਰਭੂ ਜੀ ਤੁਸੀਂ ਤਾਂ ਫਿਊਚਰ ਵੀ ਦੇਖਿਆ ਆ। ਅਸੀਂ ਸਿਰਫ ਪਾਸਟ ਦੇ ਹਿਸਾਬ ਦੇ ਨਾਲ ਚੱਲ ਸਕਦੇ ਹਾਂ, ਅਸੀਂ ਪਾਸਟ ਦੇ ਹਿਸਾਬ ਨਾਲ ਆਪਣਾ ਪ੍ਰੈਜ਼ੈਂਟ ਦੇਖਦੇ ਹਾਂ, ਪਰ ਪ੍ਰਭੂ ਤੁਸੀਂ ਤਾਂ ਪਲਕ ਝਪਕਦੇ ਹਾਂ ਸਾਡਾ ਪ੍ਰੈਜ਼ੈਂਟ, ਪਾਸਟ, ਫਿਊਚਰ ਸਭ ਕੁਝ ਬਦਲ ਸਕਦੇ ਹਾਂ। ਖੁਦਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਪਰ ਹਵਾ ਨੇ ਇੱਥੇ ਆਪਣੀ ਹੀ ਸਮਝ ਦਾ ਜਿਹੜਾ ਆ ਭਰੋਸਾ ਲਿਆ। ਅਗਰ ਹਵਾ ਇਸ ਤਰੀਕੇ ਨਾਲ ਉਹਨੂੰ ਆਦਮ ਉਹਨੂੰ ਸੱਪ ਨੂੰ ਜਵਾਬ ਦਿੰਦੀ, ਵੈਰੀ ਨੂੰ ਜਵਾਬ ਦਿੰਦੀ, ਤਾਂ ਰਿਜ਼ਲਟ ਕੁਛ ਹੋਰ ਹੋਣੇ ਸੀ। ਦੇਖੋ, ਜਦੋਂ ਉਹਨੂੰ ਉਹਨੇ ਪੁੱਛਿਆ, ਉਹਨੇ ਕਿਹਾ ਸੱਪ ਨੇ ਕਿ ਤੁਸੀਂ ਬਿਲਕੁਲ ਨਹੀਂ ਮਰੋਗੇ। ਹਵਾ ਨੂੰ ਕਹਿਣਾ ਚਾਹੀਦਾ ਸੀ ਜੋ ਉਹਨੇ ਕਹਿਣਾ ਸੀ, ਉਹਨੇ ਕਹਿ ਦਿੱਤਾ, ਠੀਕ ਹੈ। ਪਰ ਅਸੀਂ ਪਰਸਨਲੀ ਗੱਲ ਕਰਦੇ ਹਾਂ ਕਿ ਹਵਾ ਅਗਰ ਇਹ ਕਹਿੰਦੀ ਕਿ ਦੇਖ, ਮੈਂ ਪਰਮੇਸ਼ਵਰ ਦਾ ਹੁਕਮ ਨਹੀਂ ਤੋੜ ਸਕਦੀ, ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਆ, ਅਤੇ ਮੈਨੂੰ ਪਤਾ ਆ ਭਾਵੇਂ ਇਹ ਚੀਜ਼ ਚੰਗੀ ਆ ਜਾਂ ਮਾੜੀ ਆ, ਵੇਖਣ ਨੂੰ ਸੋਹਣੀ ਆ, ਪਰ ਜੇ ਰੱਬ ਨੇ ਸਾਨੂੰ ਮਨ੍ਹਾ ਕੀਤਾ ਆ, ਪਰਮੇਸ਼ਵਰ ਨੇ ਸਾਨੂੰ ਮਨ੍ਹਾ ਕੀਤਾ ਆ, ਇਹਦੇ ਪਿੱਛੇ ਕੋਈ ਭੇਤ ਹੀ ਹੋਊਗਾ। ਜਦੋਂ ਉਹਨੂੰ ਲੋੜ ਪਊਗੀ ਆਪੇ ਸਾਨੂੰ ਦੇ ਦੂਗਾ, ਜਦੋਂ ਉਹਨੂੰ ਲੱਗੂਗਾ ਕਿ ਅਸੀਂ ਇਸ ਕਾਬਲ ਹੋ ਗਏ, ਉਹ ਸਾਨੂੰ ਜ਼ਰੂਰ ਦੇ ਦੂਗਾ। ਫਿਰ ਰਿਜ਼ਲਟ ਕੁਛ ਹੋਰ ਹੋਣੇ ਸੀ। ਤੁਸੀਂ ਦੇਖੋ, ਘਰ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ, ਛੋਟੇ ਬੱਚੇ ਨੂੰ ਮਾਂ ਬਹੁਤ ਪਿਆਰ ਕਰਦੀ ਹੈ, ਔਰ ਛੋਟੇ ਬੱਚੇ ਨੂੰ ਮਿੱਠਾ ਵੀ ਬਹੁਤ ਪਸੰਦ ਹੁੰਦਾ। ਪਰ ਮਾਂ ਹਮੇਸ਼ਾ ਮਿੱਠੀਆਂ ਚੀਜ਼ਾਂ ਬੱਚੇ ਤੋਂ ਲੁਕੋ ਕੇ ਰੱਖਦੀ ਹੈ। ਇਸ ਲਈ ਨਹੀਂ ਕਿ ਉਹ ਬੱਚੇ ਨੂੰ ਪਿਆਰ ਨਹੀਂ ਕਰਦੀ, ਇਸ ਲਈ ਕਿ ਉਹ ਜ਼ਿਆਦਾ ਪਿਆਰ ਕਰਦੀ। ਉਹ ਨਹੀਂ ਚਾਹੁੰਦੀ ਕਿ ਮਿੱਠਾ ਖਾ ਕੇ ਬੱਚੇ ਦਾ ਪੇਟ ਖਰਾਬ ਹੋਵੇ, ਮਿੱਠਾ ਖਾ ਕੇ ਕੋਈ ਨੁਕਸਾਨ ਹੋਵੇ। ਮਾਂ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਬਹੁਤ ਸਾਰੀਆਂ ਚੀਜ਼ਾਂ ਆਪਣੇ ਬੱਚੇ ਤੋਂ ਛੁਪਾ ਕੇ ਰੱਖਦੀ ਹੈ। ਕੁਛ ਚੀਜ਼ਾਂ ਸਾਹਮਣੇ ਵੀ ਹੋਣ ਤਾਂ ਉਹ ਬੱਚੇ ਨੂੰ ਕਹਿੰਦੀ ਵੀ ਹੱਥ ਨਹੀਂ ਲਾਉਣਾ ਇਹਨਾਂ ਨੂੰ, ਟੀਵੀ ਪਿਆ ਆ, ਰਿਮੋਟ ਪਿਆ ਆ, ਜੇ ਹੱਥ ਲਾਇਆ ਤਾਂ ਵੇਖੀ ਮੈਂ ਤੇਰੇ ਹੱਥਾਂ ਦੇ ਉੱਤੇ ਡੰਡੇ ਮਾਰਨੇ। ਇਹਦਾ ਕੀ ਮਤਲਬ ਹੈ ਕਿ ਮਾਂ ਪਿਆਰ ਨਹੀਂ ਕਰਦੀ?
ਮਾਂ ਬਹੁਤ ਪਿਆਰ ਕਰਦੀ ਹੈ, ਪਰ ਮਾਂ ਨੂੰ ਪਤਾ ਆ ਕਿ ਮੇਰੇ ਬੱਚੇ ਲਈ ਕੀ ਠੀਕ ਆ ਕੀ ਗਲਤ ਆ। ਬਹੁਤ ਸਾਰੇ ਨਾਲ ਦੇ ਬੱਚੇ ਬੱਚੇ ਨੂੰ ਕਹਿ ਸਕਦੇ ਆ ਤੇਰੀ ਮਾਂ ਕਿਹੋ ਜਿਹੀ, ਤੈਨੂੰ ਚੋਕਲੇਟ ਵੀ ਨਹੀਂ ਖਾਣ ਦਿੰਦੀ, ਤੇਰੀ ਮਾਂ ਕਿਹੋ ਜਿਹੀ ਚੋਕਲੇਟ ਦੀ ਥਾਂ 'ਤੇ ਤੈਨੂੰ ਸੇਬ ਫੜਾਈ ਰੱਖਦੀ ਆ। ਹਾਂ ਜ਼ਰੂਰ, ਜਿਹੜਾ ਆ ਕਿਸੇ ਨੇ ਤੁਹਾਨੂੰ ਇੱਦਾਂ ਕਿਹਾ, ਤੁਹਾਡੇ ਮਨ ਵਿੱਚ ਉਹ ਚੀਜ਼ ਆ ਗਈ, ਪਰ ਤੁਸੀਂ ਇਹ ਸੋਚੋ ਕਿ ਅਗਰ ਉਹ ਮੇਰੀ ਮਾਂ ਆ, ਉਹ ਮੇਰੇ ਲਈ ਸਵੇਰ ਨੂੰ ਉੱਠ ਕੇ ਰੋਟੀ ਬਣਾਉਂਦੀ ਆ, ਉਹ ਮੇਰੇ ਲਈ ਆਪਣੀ ਨੀਂਦ ਨੂੰ ਛੱਡਦੀ ਆ, ਉਹ ਮੇਰੇ ਲਈ ਸੈਕਰੀਫਾਈਸ ਕਰਦੀ ਆ, ਮੇਰਾ ਟਿਫਨ ਪੈਕ ਕਰਦੀ ਆ, ਮੈਨੂੰ ਵਾਸ਼ ਕਰਦੀ ਆ, ਮੇਰੇ ਕੱਪੜੇ ਧੋਂਦੀ ਪ੍ਰੈਸ ਕਰਦੀ ਆ, ਤਾਂ ਜੇ ਉਹ ਮੈਨੂੰ ਐਪਲ ਦੇ ਰਹੀ ਆ ਚੋਕਲੇਟ ਦੀ ਥਾਂ 'ਤੇ, ਤਾਂ ਜ਼ਰੂਰ ਇਹਦੇ ਵਿੱਚ ਵੀ ਮੇਰਾ ਫਾਇਦਾ ਹੀ ਹੋਏਗਾ। ਪਰ ਕਈ ਵਾਰੀ ਅਸੀਂ ਗੁਆਂਢੀਆਂ ਦੀਆਂ ਗੱਲਾਂ ਦੇ ਵਿੱਚ ਆ ਕੇ, ਰਿਸ਼ਤੇਦਾਰਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ, ਕਈ ਵਾਰੀ ਅਸੀਂ ਆਪਣੀ ਹੀ ਮਾਂ ਦੇ ਪ੍ਰਤੀ ਨਫ਼ਰਤ ਕਰਨ ਲੱਗ ਜਾਂਦੇ, ਆਪਣੇ ਹੀ ਭਰਾ ਦੇ ਪ੍ਰਤੀ, ਆਪਣੇ ਪਿਓ ਦੇ ਪ੍ਰਤੀ, ਪਿਤਾ ਦੇ ਪ੍ਰਤੀ ਅਸੀਂ ਨਫ਼ਰਤ ਕਰਨ ਲੱਗ ਜਾਂਦੇ, ਆਪਣੇ ਪਰਿਵਾਰ ਦੇ, ਆਪਣੇ ਬੱਚਿਆਂ ਦੇ ਪ੍ਰਤੀ ਨਫ਼ਰਤ ਪੈਦਾ ਕਰ ਲੈਂਦੇ ਹਾਂ ਲੋਕਾਂ ਦੀਆਂ ਗੱਲਾਂ ਵਿੱਚ ਆਣ ਕੇ, ਜਦ ਕਿ ਉਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੁੰਦੀ ਉਹਨਾਂ 'ਚ। ਅਗਰ ਦੇਖੋ ਗੁਆਂਢਣ ਕਹਿੰਦੇ ਹੁੰਦੇ ਮਾਂ ਨਾਲੋਂ ਹੇਜਲੀ ਫੱਫੇ ਕੁੱਟਣੀ, ਮਤਲਬ ਕਿ ਕਈ ਵਾਰੀ ਤੁਹਾਡੇ ਘਰ ਦੇ ਵਿੱਚ ਕੋਈ ਇਹੋ ਜਿਹਾ ਹੁੰਦਾ ਕਿ ਮਾਂ ਨੇ ਬੱਚੇ ਦੇ ਕੰਨਾਂ 'ਤੇ ਦੋ ਲਾਈਆਂ ਆ, ਨਿਆਣਾ ਰੋ ਰਿਹਾ ਆ, ਅਤੇ ਤਾਈ ਨੇ ਆਉਣਾ ਜਾਂ ਚਾਚੀ ਨੇ ਆਉਣਾ, ਹਾਏ ਮੇਰਾ ਮਿੱਠੂ, ਹਾਏ ਮੇਰਾ ਖੱਟੂ ਕਰਕੇ ਉਹਨੂੰ ਨਾਲ ਲਾਉਣਾ, ਜੱਫੀ ਪਾਉਣੀ ਆ, ਅਰ ਕਹਿਣਾ ਤੇਰੀ ਮਾਂ ਤਾਂ ਕਮਲੀ ਆ, ਤੂੰ ਆਪਣੀ ਮਾਂ ਦੇ ਕੋਲੋਂ ਨਾ ਮੰਗਿਆ ਕਰ, ਤੂੰ ਮੇਰਾ ਪੁੱਤ, ਜੋ ਤੈਨੂੰ ਚਾਹੀਦਾ ਤੂੰ ਮੇਰੇ ਕੋਲੋਂ ਮੰਗਿਆ ਕਰ, ਮੈਂ ਤੈਨੂੰ ਲੈ ਕੇ ਦਊਂਗੀ। ਮਾਂ ਨਾਲੋਂ ਵੱਧ ਪਿਆਰ ਕੋਈ ਹੋਰ ਰਿਸ਼ਤੇ ਦੇ ਵਿੱਚ ਕਰ ਹੀ ਨਹੀਂ ਸਕਦਾ। ਪਿਤਾ ਨਾਲੋਂ, ਜਿਹੜਾ ਤੁਹਾਡਾ ਆਪਣਾ ਪਿਤਾ ਆ, ਉਹਦੇ ਨਾਲੋਂ ਵੱਧ ਪਿਆਰ ਤੁਹਾਡੇ ਹੋਰ ਰਿਸ਼ਤੇ ਵਿੱਚ ਕੋਈ ਕਰ ਹੀ ਨਹੀਂ ਸਕਦਾ, ਭਾਵੇਂ ਸਾਡੇ ਜਿੰਨੇ ਮਰਜ਼ੀ ਚਾਚੇ, ਤਾਏ, ਭੂਆ, ਮਾਸੀਆਂ ਹੋਣ। ਪਰ ਕੀ ਆ, ਉਹ ਤੁਹਾਨੂੰ ਇਸ ਤਰੀਕੇ ਨਾਲ ਟ੍ਰੀਟ ਕਰਦੇ ਕਿ ਜਿੱਦਾਂ ਉਹ ਤੁਹਾਡੇ ਮਦਰ ਫਾਦਰ ਨਾਲੋਂ, ਤੁਹਾਡੇ ਮਾਂ ਪਿਓ ਨਾਲੋਂ ਜ਼ਿਆਦਾ ਪਿਆਰ ਕਰਦੇ ਹੋਣ। ਪਰ ਜੇ ਉਹ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਆ, ਅਗਰ ਤੁਹਾਡੇ ਪਿਤਾ ਨੇ ਤੁਹਾਨੂੰ ਝਿੜਕਿਆ ਆ, ਤੁਹਾਡੀ ਪਿਓ ਪੁੱਤ ਦੀ ਲੜਾਈ ਹੋਈ ਆ, ਅਰ ਕੋਈ ਤੁਹਾਨੂੰ ਇਹ ਕਹਿ ਰਿਹਾ ਆ ਕਿ ਤੇਰੇ ਪਿਓ ਦਾ ਤਾਂ ਸੁਭਾਅ ਹੀ ਇੱਦਾਂ ਦਾ ਆ, ਤੇਰਾ ਪਿਓ ਤਾਂ ਚਾਹੁੰਦਾ ਹੀ ਨਹੀਂ ਆ ਤੇਰੀ ਤਰੱਕੀ ਨਹੀਂ ਦੇਖ ਕੇ ਖੁਸ਼, ਉਹ ਤੈਨੂੰ ਕੁਛ ਲੈ ਕੇ ਨਹੀਂ ਦੇਣਾ ਚਾਹੁੰਦਾ, ਤੇਰਾ ਪਿਤਾ ਸੂਮ ਆ, ਇੱਦਾਂ ਆ, ਤੇਰੀ ਮੰਮੀ ਇੱਦਾਂ ਆ, ਤਾਂ ਕਈ ਵਾਰੀ ਤੁਸੀਂ ਆਪਣੇ ਚਾਚੇ ਤਾਇਆਂ ਦੀਆਂ ਜ਼ਿਆਦਾ ਸੁਣਨ ਲੱਗ ਜਾਂਦੇ। ਜਿਹੜੇ ਚਾਚੇ ਤਾਏ, ਜਿਹੜੇ ਮਾਮੇ ਮਾਸੜ ਤੁਹਾਨੂੰ ਇੱਦਾਂ ਦੀਆਂ ਅਕਲਾਂ ਦਿੰਦੇ, ਤੁਸੀਂ ਉਹਨਾਂ ਨੂੰ ਕਹੋ ਕਿ ਮੈਨੂੰ ਮੇਰੇ ਪਿਓ ਦੇ ਘਰ 'ਚੋਂ ਕੁਛ ਨਹੀਂ ਚਾਹੀਦਾ, ਤੁਸੀਂ ਇੱਦਾਂ ਕਰੋ ਆਪਣੀ ਜਾਇਦਾਦ ਮੇਰੇ ਨਾਮ ਕਰਾ ਦਿਓ, ਕਿਉਂਕਿ ਤੁਸੀਂ ਤਾਂ ਮੇਰੇ ਪਿਤਾ ਨਾਲੋਂ ਜ਼ਿਆਦਾ ਪਿਆਰ ਕਰਦੇ ਆ। ਫਿਰ ਦੇਖੋ ਕੀ ਉਹ ਆਪਣੇ ਘਰ ਦੀ ਜਾਇਦਾਦ ਤੁਹਾਨੂੰ ਦਿੰਦੇ ਕਿ ਆਪਣੇ ਧੀਆਂ ਪੁੱਤਰਾਂ ਨੂੰ ਦੇਣ ਦੇ ਆ? ਉਹ ਹਰਗਿਜ਼ ਵੀ ਆਪਣੀ ਜਾਇਦਾਦ ਤੁਹਾਨੂੰ ਨਹੀਂ ਦੇਣਗੇ। ਕਿਉਂ? ਕਿਉਂਕਿ ਪਿਤਾ ਪਿਤਾ ਆ, ਪਿਤਾ ਜੋ ਤੁਹਾਡਾ ਆਪਣਾ ਪਿਤਾ ਆ ਨਾ, ਉਹ ਕੋਈ ਹੋਰ ਬਣ ਨਹੀਂ ਸਕਦਾ। ਤੁਸੀਂ ਆਪਣੀ ਚਾਚੀ ਨੂੰ ਕਹੋ ਕਿ ਤੂੰ ਆਪਣਾ ਸਾਰਾ ਗਹਿਣਾ ਮੈਨੂੰ ਦੇ ਦੇ, ਮੇਰੀ ਮਾਂ ਤਾਂ ਕਮਲੀ ਆ, ਮੇਰੀ ਮਾਂ ਤਾਂ ਮੇਰੇ ਨਾਲ ਪਿਆਰ ਨਹੀਂ ਕਰਦੀ। ਚਾਚੀ ਜੀ, ਤੁਸੀਂ ਆਪਣਾ ਹਾਰ ਜਿਹੜਾ ਤੁਹਾਡੇ ਪੇਕਿਆਂ ਨੇ ਤੁਹਾਨੂੰ ਪਾਇਆ ਸੀ, ਤੁਹਾਡੇ ਕੰਨਾਂ ਨੂੰ ਜੋ ਤੁਹਾਡੇ ਪੇਕਿਆਂ ਨੇ ਪਾਇਆ ਸੀ, ਤੁਸੀਂ ਉਹ ਮੈਨੂੰ ਦੇ ਦਿਓ ਪਲੀਜ਼ ਕਰਕੇ, ਤੁਸੀਂ ਤਾਂ ਮੇਰੀ ਮੰਮੀ ਨਾਲੋਂ ਵੀ ਜ਼ਿਆਦਾ ਮੈਨੂੰ ਪਿਆਰ ਕਰਦੇ ਆ। ਤਾਂ ਫਿਰ ਦੇਖੋ ਕਿ ਚਾਚੀ ਤੁਹਾਨੂੰ ਟੁੰਬਾ ਪਾਉਂਦੀ ਆ। ਕਿਸੇ ਨੇ ਕੁਛ ਨਹੀਂ ਦੇਣਾ, ਤੁਹਾਡੇ ਆਪਣੇ ਜਿਹੜੇ ਆ ਉਹੀ ਆਪਣੇ ਆ, ਤੁਹਾਡੇ ਆਪਣੇ ਪੇਰੈਂਟਸ ਹੀ ਤੁਹਾਡੇ ਆਪਣੇ ਆ, ਭਾਵੇਂ ਉਹਨਾਂ ਦੇ ਕੋਲ ਲੱਖ ਦਾ ਆ ਅਤੇ ਭਾਵੇਂ ਉਹਨਾਂ ਕੋਲ ਕੱਖ ਦਾ ਆ, ਜੋ ਉਹਨਾਂ ਦਾ ਆ ਉਹ ਤੁਹਾਡੇ ਲਈ ਆ। ਅਗਰ ਉਹ ਤੁਹਾਨੂੰ ਝਿੜਕਦੇ ਆ, ਅਗਰ ਉਹ ਤੁਹਾਨੂੰ ਰੋਕਦੇ ਆ, ਉਹਦੇ ਵਿੱਚ ਸਾਡੀ ਭਲਿਆਈ ਆ। ਅਗਰ ਕੋਈ ਵੀ ਇਹੋ ਜਿਹੀ ਸਿੱਖਿਆ ਆ ਜਿਹੜੀ ਸਾਨੂੰ ਸਾਡੇ ਪਰਮੇਸ਼ਵਰ ਤੋਂ ਦੂਰ ਕਰਦੀ ਆ, ਉਹ ਗਲਤ ਸਿੱਖਿਆ ਆ।
ਅਗਰ ਪਰਮੇਸ਼ਵਰ ਨੇ ਸਾਨੂੰ ਝੂਠ ਬੋਲਣ ਤੋਂ ਰੋਕਿਆ ਆ, ਉਹਦੇ ਵਿੱਚ ਸਾਡੀ ਭਲਿਆਈ ਆ। ਅਗਰ ਸਾਡੇ ਪਰਮੇਸ਼ਵਰ ਨੇ ਸਾਨੂੰ ਵਿਭਚਾਰ ਕਰਨ ਤੋਂ ਰੋਕਿਆ ਆ, ਉਹਦੇ ਵਿੱਚ ਸਾਡੀ ਭਲਿਆਈ ਆ। ਅਗਰ ਸਾਡੇ ਪਰਮੇਸ਼ਵਰ ਨੇ ਸਾਨੂੰ ਨਸ਼ਾ ਕਰਨ ਤੋਂ ਰੋਕਿਆ ਆ, ਉਹਦੇ ਵਿੱਚ ਸਾਡੀ ਭਲਿਆਈ ਆ। ਅਗਰ ਸਾਡੇ ਪਰਮੇਸ਼ਵਰ ਨੇ ਸਾਨੂੰ 10 ਹੁਕਮ ਬਖਸ਼ੇ ਆ, ਤਾਂ ਉਹ ਹੁਕਮ ਪੂਰੇ ਕਰਨ ਵਿੱਚ ਸਾਡੀ ਭਲਿਆਈ ਹੀ ਆ। ਬਿਲਕੁਲ ਵੀ ਪਰਮੇਸ਼ਵਰ ਦੇ ਹੁਕਮਾਂ ਉੱਤੇ, ਪਰਮੇਸ਼ਵਰ ਦੀ ਸਿੱਖਿਆ ਉੱਤੇ ਸ਼ੱਕ ਨਾ ਕਰੋ। ਪਰਮੇਸ਼ਵਰ ਦੇ ਹੁਕਮਾਂ ਨੂੰ, ਪਰਮੇਸ਼ਵਰ ਦੀ ਸਿੱਖਿਆ ਨੂੰ ਤਨ ਮਨ ਧਨ ਤੋਂ ਪੂਰਾ ਕਰੋ, ਆਪਣੇ ਅੰਦਰ ਲੈ ਲਵੋ। ਬਹੁਤ ਚੀਜ਼ਾਂ ਪਰਮੇਸ਼ਵਰ ਦੀ ਸਿੱਖਿਆ ਨੂੰ ਵਿਗਾੜਨ ਦੇ ਲਈ ਸੰਸਾਰ ਵਿੱਚ ਆ ਗਈਆਂ ਹੈ, ਪਰ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਮਨ ਨਹੀਂ ਲਾਉਣਾ। ਜੋ ਤੁਹਾਨੂੰ ਮਿਲਣਾ ਉਹ ਪਰਮੇਸ਼ਵਰ ਤੋਂ ਮਿਲਣਾ। ਇਹ ਤੁਹਾਡਾ ਤੇ ਪਰਮੇਸ਼ਵਰ ਦਾ ਰਿਸ਼ਤਾ ਵਿਗਾੜਨ ਦੇ ਲਈ ਵੈਰੀ ਦੀ ਇੱਕ ਚਾਲ ਆ ਕਿ ਉਹ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਕਰੇ ਤੇ ਦੂਰ ਕਰਕੇ ਮਾਰੇ। ਜਦੋਂ ਅਸੀਂ ਦੇਖਦੇ ਉਜਾੜੂ ਪੁੱਤਰ ਨੂੰ, ਉਹਨੇ ਦੇਖਿਆ ਅੱਖਾਂ ਦੇ ਨਾਲ ਸੰਸਾਰ ਦੇ ਰੰਗ ਰਲੀਆਂ ਨੂੰ, ਉਹਨੇ ਦੁਨੀਆਂ ਦੇ ਜਿਹੜੇ ਰੰਗ ਸੀਗੇ ਉਹਨਾਂ ਨੂੰ ਦੇਖਿਆ, ਔਰ ਉਹਨੇ ਕਿਹਾ ਕਿ ਮੇਰਾ ਜੋ ਕੁਛ ਬਣਦਾ ਆ ਉਹ ਮੈਨੂੰ ਦੇ ਦੇ, ਮੇਰਾ ਹਿੱਸਾ ਮੈਨੂੰ ਦੇ ਦੇ। ਉਹ ਕਿੰਨਾ ਚੰਗਾ ਪਿਤਾ ਜਿਹਨੇ ਉਹਨੂੰ ਦੇ ਵੀ ਦਿੱਤਾ ਉਹ ਹਿੱਸਾ, ਔਰ ਉਹ ਆਪਣਾ ਹਿੱਸਾ ਲੈ ਕੇ ਚਲਿਆ ਗਿਆ। ਹੁਣ ਜਿਨ੍ਹਾਂ ਨੇ ਉਹਦੇ ਨਾਲ ਰਲ ਕੇ ਖਾਧਾ, ਅਯਾਸ਼ੀਆਂ ਕੀਤੀਆਂ, ਜਦੋਂ ਉਹਦੇ ਕੋਲੋਂ ਸਭ ਕੁਛ ਮੁੱਕ ਗਿਆ, ਉਹਨਾਂ ਚੋਂ ਕਿਸੇ ਨੇ ਉਹਦਾ ਸਾਥ ਨਹੀਂ ਦਿੱਤਾ, ਕਿਸੇ ਨੇ ਵੀ ਉਹਦਾ ਸਾਥ ਨਹੀਂ ਦਿੱਤਾ। ਔਰ ਹੋਇਆ ਕਿ ਸੂਰਾਂ ਵਾਲਾ ਖਾਣਾ ਖਾ ਰਿਹਾ, ਛਿੱਲਾਂ ਖਾ ਰਿਹਾ, ਔਰ ਸੋਚ ਰਿਹਾ ਮੇਰੇ ਪਿਤਾ ਦੇ ਘਰ ਵਿੱਚ ਤਾਂ ਨੌਕਰ ਵੀ ਜਿਹੜੇ ਆ ਉਹ ਉੱਤਮ ਭੋਜਨ ਖਾਂਦੇ, ਮੈਂ ਹੁਣ ਇਸ ਕਾਬਲ ਤਾਂ ਰਿਹਾ ਨਹੀਂ ਕਿ ਮੈਂ ਆਪਣੇ ਪਿਤਾ ਨੂੰ ਕਹਾਂ ਕਿ ਮੈਨੂੰ ਫਿਰ ਤੋਂ ਪੁੱਤ ਹੋਣ ਦਾ ਹੱਕ ਦੇ। ਮੈਂ ਆਪਣੇ ਪਿਤਾ ਨੂੰ ਜਾ ਕੇ ਕਹੂੰਗਾ ਕਿ ਮੈਨੂੰ ਨੌਕਰ ਹੀ ਰੱਖ ਲਾ, ਮੇਰੇ ਪਿਤਾ ਦੇ ਘਰ ਵਿੱਚ ਤਾਂ ਨੌਕਰ ਵੀ ਚੰਗੇ ਆ। ਤਾਂ ਉਹ ਸ਼ਰਮਿੰਦਗੀ ਦਾ ਮਾਰਿਆ ਹੋਇਆ ਆਪਣੇ ਪਿਤਾ ਦੇ ਘਰ ਵੱਲ ਨੂੰ ਜਾ ਰਿਹਾ ਹੈ, ਔਰ ਪਿਤਾ ਨੇ ਦੂਰੋਂ ਦੇਖਿਆ, ਇਹਦਾ ਮਤਲਬ ਪਿਤਾ ਇੰਤਜ਼ਾਰ ਦੇ ਵਿੱਚ ਆ। ਪਿਤਾ ਨੇ ਦੂਰੋਂ ਦੇਖਿਆ ਔਰ ਸਿਆੜ ਲਿਆ ਉਸ ਮੈੜੇ ਕੱਪੜੇ ਪਾਏ ਹੋਏ ਨੂੰ, ਉਸ ਲਿੱਸੇ ਜੇ ਹੋਏ ਨੂੰ, ਦੁਬਲੇ ਪਤਲੇ ਨੂੰ ਪਹਿਚਾਣ ਲਿਆ ਕਿ ਇਹ ਤਾਂ ਮੇਰਾ ਬੱਚਾ ਆ। ਔਰ ਉਹਨੇ ਬਾਹਾਂ ਫੈਲਾ ਕੇ ਉਹਦਾ ਸਵਾਗਤ ਕੀਤਾ, ਉਹਨੇ ਕਿਹਾ ਜਾਓ ਇਹਦੇ ਲਈ ਨਵਾਂ ਜੋੜਾ ਕੱਪੜਿਆਂ ਦਾ ਲਿਆਓ, ਨਵਾਂ ਜੋੜਾ ਜੁੱਤੀ ਦਾ ਲਿਆਓ। ਉਹਨੇ ਆਪਣੀ ਲਾ ਕੇ ਉਹਦੇ ਹੱਥ ਵਿੱਚ ਪਾਈ, ਔਰ ਕਿਹਾ ਕਿ ਪਾਰਟੀ ਦਾ ਅਰੇਂਜ ਕਰੋ, ਦਾਵਤ ਅਰੇਂਜ ਕਰੋ, ਔਰ ਇੱਕ ਵਧੀਆ ਜਿਹੜਾ ਆ ਉਹ ਮਾਸ ਜਿਹੜਾ ਆ ਉਹ ਕੱਟਿਆ ਜਾਏ। ਉਹਨੇ ਸੈਲੀਬ੍ਰੇਸ਼ਨ ਕੀਤੀ। ਕੰਮ ਕੌਣ ਆਇਆ? ਦੋਸਤ ਮਿੱਤਰ ਨਹੀਂ, ਜਿਨ੍ਹਾਂ ਨੇ ਉਹਦਾ ਹੀ ਹਿੱਸਾ ਖਾ ਲਿਆ ਉਹ ਕੰਮ ਆਏ ਨਹੀਂ, ਉੱਜੜ ਕੇ ਆਇਆ ਪਰਮੇਸ਼ਵਰ ਦੇ ਆਪਣੇ ਪਿਤਾ ਦੇ ਘਰ ਵਿੱਚ। ਇੱਦਾਂ ਹੀ ਅਸੀਂ ਜਦੋਂ ਤੱਕ ਆਪਣੇ ਪਰਮੇਸ਼ਵਰ ਦੇ ਨਾਲ ਆ, ਅਸੀਂ ਸਵਰਗ ਦੇ ਵਿੱਚ ਹੀ ਹਾਂ, ਚਾਹੇ ਇਸ ਧਰਤੀ ਦੇ ਉੱਤੇ ਆ, ਜਦੋਂ ਤੱਕ ਸਾਡਾ ਰਿਸ਼ਤਾ ਸਾਡੇ ਪਰਮੇਸ਼ਵਰ ਦੇ ਨਾਲ ਕਾਇਮ ਆ, ਉਦੋਂ ਤੱਕ ਸਮਝੋ ਕਿ ਅਸੀਂ ਸਵਰਗ ਵਿੱਚ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ। ਪਰ ਜੋ ਉਹਨੇ ਸਾਨੂੰ ਦਿੱਤਾ ਆ, ਜਦੋਂ ਅਸੀਂ ਉਹਦਾ ਧੰਨਵਾਦ